ਲਗਾਓ ਜੈ ਸ਼੍ਰੀ ਰਾਮ। ਅੰਬਾਨੀ ਨਾਲੋਂ ਵੱਡਾ ਦਿਲ ਲੈ ਕੇ ਚੱਲ ਰਿਹਾ ਏ ਇਹ ਰੇੜੀ ਵਾਲਾ। ਰਾਮ ਮੰਦਿਰ ਬਣਨ ਦੇ ਉਤਸ਼ਾਹ ਦੇ ਵਿੱਚ ਬੱਚਿਆਂ ਨੂੰ ਫ੍ਰੀ ਚ ਵੰਡ ਰਿਹਾ ਪੌਪਕੌਰਨ। ਪੂਰੇ ਦੇਸ਼ ਭਰ ਦੇ ਵਿੱਚ ਸ਼੍ਰੀ ਰਾਮ ਮੰਦਿਰ ਦੇ ਬਣਨ ਦਾ ਉਤਸ਼ਾਹ ਪਾਇਆ ਜਾ ਰਿਹਾ ਹੈ। ਦੇਸ਼ ਵਿਦੇਸ਼ਾਂ ਦੇ ਵਿੱਚ ਲੋਕ ਅਯੋਧਿਆ ਦੇ ਵੱਲ ਆਉਣ ਦੀ ਤਿਆਰੀ ਕਰ ਰਹੇ ਨੇ। ਜੋ ਵੀ ਸ਼ਖਸ ਅਯੋਧਿਆ ਦਰਸ਼ਨ ਕਰਨ ਦੇ ਲਈ ਨਹੀਂ ਆ ਰਿਹਾ ਉਹ ਆਪਣੇ ਇਲਾਕੇ ਦੇ ਵਿੱਚ ਮਠਿਆਈ ਵੰਡ ਰਿਹਾ ਹੈ, ਲੰਗਰ ਲਗਾ ਰਿਹਾ ਹੈ, ਲੋਕਾਂ ਨੂੰ ਵਧਾਈ ਦੇ ਰਿਹਾ ਹੈ। ਤਾਂ ਇਸੇ ਤਰੀਕੇ ਦੇ ਨਾਲ ਇਸ ਰੇੜੀ ਵਾਲੇ ਨੇ ਵੀ ਆਪਣਾ ਉਤਸ਼ਾਹ ਪ੍ਰਗਟ ਕਰਨ ਦੇ ਲਈ ਬੱਚਿਆਂ ਨੂੰ ਫ੍ਰੀ ਦੇ ਵਿੱਚ ਪੌਪਕੌਰਨ ਵੰਡ ਦਿੱਤੇ। ਦਰਅਸਲ ਇਸ ਪ੍ਰਵਾਸੀ ਨੌਜਵਾਨ ਦੇ ਕੋਲ ਵੱਡੇ ਲੋਕਾਂ ਦੇ ਵਾਂਗ ਦਾਨ ਦੇ ਵਿੱਚ ਦੇਣ ਲਈ ਪੈਸੇ ਤਾਂ ਨਹੀਂ ਸਨ, ਪਰ ਇਸਦੇ ਕੋਲ ਪੌਪਕੌਰਨ ਜ਼ਰੂਰ ਸੀ ਜਿਨ੍ਹਾਂ ਨੂੰ ਵੇਚ ਕੇ ਆਪਣੇ ਘਰ ਦੀ ਰੋਜ਼ੀ ਰੋਟੀ ਚਲਾਉਂਦਾ ਹੈ। ਤਾਂ ਇਸ ਨੌਜਵਾਨ ਨੇ ਇਹ ਫੈਸਲਾ ਲਿਆ ਕਿ ਇਹ ਆਪਣੇ ਸਾਰੇ ਪੌਪਕੌਰਨ ਇਹਨਾਂ ਬੱਚਿਆਂ ਨੂੰ ਫ੍ਰੀ ਦੇ ਵਿੱਚ ਵੰਡ ਦੇਵੇਗਾ। ਆਓ ਜਾਣਦੇ ਹਾਂ ਇਸ ਨੌਜਵਾਨ ਤੋਂ ਕਿ ਆਖਿਰਕਾਰ ਜਿਹੜਾ ਪੌਪਕੌਰਨਾਂ ਨੂੰ ਵੇਚ ਕੇ ਇਹ ਆਪਣੇ ਘਰ ਦੀ ਰੋਜ਼ੀ ਰੋਟੀ ਚਲਾਉਂਦਾ ਸੀ ਉਹਨਾਂ ਨੂੰ ਫ੍ਰੀ 'ਚ ਵੰਡਣ ਦਾ ਜਿਗਰਾ ਇਸ ਦੇ ਅੰਦਰ ਕਿੱਥੋਂ ਆਇਆ। ਜੈ ਸ਼੍ਰੀ ਰਾਮ ਕੇ ਨਾਮ ਕੇ ਲੈ ਕੇ, ਜੈ ਸ਼੍ਰੀ ਰਾਮ ਨਾਮ ਕੇ ਲੈ ਕੇ, ਰਾਮ ਕੇ ਲਈ ਕਿਉਂ ਕਾਰਨ ਰਾਮ ਮੰਦਿਰ ਬਣਾ ਇਸ ਲਈ ਇਸ ਲਈ ਮੰਦਿਰ ਬਣਾ ਰਾਮ ਮੰਦਿਰ ਬਣਾ ਇਸ ਲਈ ਹਾਂਜੀ ਤੋ ਇਸੇ ਖੁਸ਼ੀ ਮੈਂ ਸਭ ਕੋ ਫ੍ਰੀ ਦੇ ਰਹੇ ਹੋ ਹਾਂਜੀ ਕਾ ਇੱਕ ਕਾਰਨ ਭਗਵਾਨ ਇਤਨਾ ਦੇ ਦੇਗਾ ਮੇਰੇ ਕੋ ਹਾਂ ਤੋ ਆਜ ਇਹ ਜੋ ਆਜ ਦੀ ਕਮਾਈ ਹੈ ਸਭੀ ਇਧਰ ਲਗਾ ਦੀ ਹਾਂਜੀ ਤੋ ਕਿਆ ਕਹਿ ਰਹੇ ਹੋ ਬੱਚੋਂ ਕੋ ਦੇਨੇ ਕੇ ਵਕਤ ਦੇਨੇ ਕੇ ਖੁਸ਼ੀ ਹੋਤਾ ਹੈ ਬਾਬੂ ਜੀ ਨਹੀਂ ਉਸਕੋ ਬੱਚੋਂ ਕੋ ਕਿਆ ਬੋਲ ਕੇ ਦੇਤੇ ਹੋ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ। ਦੇਖੋ ਜੀ ਭਗਵਾਨ ਸ਼੍ਰੀ ਰਾਮ ਜੀ ਦੇ ਸਾਢੇ 400 ਸਾਲ ਤੋਂ ਬਾਅਦ ਉਹ ਟੈਂਟ ਦੇ ਵਿੱਚ ਰਹਿਣ ਤੋਂ ਬਾਅਦ ਅੱਜ ਭਗਵਾਨ ਸ਼੍ਰੀ ਰਾਮ ਜੀ ਆਪਣੇ ਮੰਦਿਰ ਦੇ ਵਿੱਚ ਵਿਰਾਜਮਾਨ ਹੋਣ ਜਾ ਰਹੇ ਆ। ਇੱਥੋਂ ਸਾਰੇ ਦੇਸ਼ ਦੇ ਵਿੱਚ ਖੁਸ਼ੀ ਦੀ ਲਹਿਰ ਆ। ਇੱਕ ਪ੍ਰਵਾਸੀ ਭਰਾ ਦੇਖ ਲਓ, ਇੱਕ ਕਹਿਣ ਨੂੰ ਹੈ ਕਿ ਇੱਕ ਛੋਟਾ ਜਿਹਾ ਪ੍ਰਵਾਸੀ ਭਰਾ ਅੱਜ ਸ਼੍ਰੀ ਰਾਮ ਮੰਦਿਰ ਜੀ ਦੇ ਬਣਨ ਦੀ ਖੁਸ਼ੀ ਦੇ ਵਿੱਚ ਫ੍ਰੀ ਦੇਖੋ ਪੌਪਕੌਰਨ ਵੰਡ ਰਿਹਾ ਔਰ ਬੜੀ ਖੁਸ਼ੀ ਦੀ ਗੱਲ ਆ। ਦੇਖੋ ਜੇ ਇੱਕ ਪ੍ਰਵਾਸੀ ਜੇ ਇੰਨੇ ਕੁਛ ਕਰ ਸਕਦਾ ਤਾਂ ਸਾਨੂੰ ਸਾਰਿਆਂ ਨੂੰ ਵੀ ਵੱਧ ਚੜ੍ਹ ਕੇ ਜਿਹੜਾ 22 ਜਨਵਰੀ ਨੂੰ ਹੈ, 22 ਜਨਵਰੀ ਨੂੰ ਅਸੀਂ ਦਿਵਾਲੀ ਦੀ ਤਰ੍ਹਾਂ ਮਨਾਈਏ, ਘਰ ਦੇ ਵਿੱਚ ਦੀਪਮਾਲਾ ਕਰੀਏ, ਦੀਏ ਜਗਾਈਏ ਔਰ ਖੁਸ਼ੀ ਮਨਾਈਏ। ਸਾਡੇ ਹਿੰਦੂਆਂ ਦੀ ਇੱਕ ਕਿਸਮ ਦੀ ਸਭ ਤੋਂ ਵੱਡੀ ਦਿਵਾਲੀ ਹੈ ਜੀ। ਲੱਗਦਾ ਵੀ ਇੱਦਾਂ ਹੀ ਜਿਹੜਾ ਇੱਕ ਪ੍ਰਵਾਸੀ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਔਰ ਬੱਚਿਆਂ ਨੂੰ ਖੁਸ਼ ਕੀਤਾ ਜਾ ਰਿਹਾ ਵੀ ਇੱਦਾਂ ਹਰ ਇਨਸਾਨ ਨੂੰ ਰਾਮ ਸੇਵਾ ਦੇ ਦੇਣੀ ਚਾਹੀਦੀ ਹੈ। ਦੇਖੋ ਜੀ ਮੈਂ ਇੱਥੋਂ ਨਿਕਲ ਰਿਹਾ ਸੀ ਔਰ ਦੇਖ ਕੇ ਮੈਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੋਈ ਹੈ ਔਰ ਮੈਨੂੰ ਲੱਗਦਾ ਕਿ ਹਰ ਇਨਸਾਨ ਨੂੰ ਇੱਦਾਂ ਚਾਹੀਦਾ ਕਿ ਹਰ ਇਨਸਾਨ ਨੂੰ ਚਾਹੀਦਾ ਕਿ ਇੱਦਾਂ ਵੱਧ ਚੜ੍ਹ ਕੇ ਭਗਵਾਨ ਰਾਮ ਦੇ ਨਾਮ ਦੇ ਉੱਪਰ ਕਾਰਜ ਕਰਨਾ ਚਾਹੀਦਾ ਜੀ। ਮੈਂ ਜਦੋਂ ਇੱਥੋਂ ਨਿਕਲ ਰਿਹਾ ਤਾਂ ਮੈਂ ਦੇਖਿਆ ਕਿ ਇੱਕ ਪ੍ਰਵਾਸੀ ਭਰਾ ਜਿਹੜਾ ਕਿ ਭਗਵਾਨ ਸ਼੍ਰੀ ਰਾਮ ਜੀ ਦੇ ਮੰਦਿਰ ਦੇ ਬਣਨ ਦੀ ਖੁਸ਼ੀ ਦੇ ਵਿੱਚ ਬੱਚਿਆਂ ਨੂੰ ਫ੍ਰੀ ਪੌਪਕੌਰਨ ਵੰਡ ਰਿਹਾ ਅਤੇ ਮੈਨੂੰ ਦੇਖ ਕੇ ਬੜੀ ਹੈਰਾਨੀ ਹੋਈ ਔਰ ਬਹੁਤ ਜ਼ਿਆਦਾ ਖੁਸ਼ੀ ਹੋਈ। ਮੈਂ ਤੁਰੰਤ ਮੀਡੀਆ ਵਾਲਿਆਂ ਨੂੰ, ਮੇਰੇ ਜਿਹੜੇ ਮਿੱਤਰ ਸੀ ਉਹਨਾਂ ਨੂੰ ਮੈਂ ਫੋਨ ਕੀਤਾ ਕਿ ਤੁਸੀਂ ਬਹੁਤ ਸਾਰੀਆਂ ਖਬਰਾਂ ਲਾਉਂਦੇ ਹੋ, ਇੱਕ ਐਸੀ ਇੱਕ ਧਰਮ ਕਰਮ ਦੀ ਖਬਰ ਹੈ। ਦੇਖੋ ਇੱਕ ਪ੍ਰਵਾਸੀ ਭਗਵਾਨ ਰਾਮ ਮੰਦਿਰ ਦੇ ਜਨਮ ਦੇ ਲਈ ਫੁੱਲੇ ਵੰਡ ਰਿਹਾ ਔਰ ਇਸ ਤੋਂ ਵੱਡੀ ਮੈਂ ਕਹਿੰਦਾ ਖੁਸ਼ੀ ਦੀ ਕੋਈ ਗੱਲ ਨਹੀਂ ਹੋਈ। ਮੈਂ ਦੇਖੋ ਜੀ ਸਭ ਤੋਂ ਵੱਡੀ ਗੱਲ ਹੈ, ਮੇਰਾ ਖਿਆਲ ਹੈ ਸਾਰੀ ਦਿਹਾੜੀ ਦੇ ਵਿੱਚ ਵਿਚਾਰਾ 500-400 ਕਮਾਉਣ ਵਾਲਾ ਬੰਦਾ ਉਹ, ਦੇਖੋ ਜੀ ਕਿੰਨੀ ਖੁਸ਼ੀ ਦੀ ਗੱਲ ਹੈ, ਇੱਕ ਪ੍ਰਵਾਸੀ ਮਜ਼ਦੂਰ ਭਰਾ ਭਗਵਾਨ ਸ਼੍ਰੀ ਰਾਮ ਜੀ ਦੇ ਜਨਮ ਸਥਾਨ ਦੇ ਉੱਪਰ ਅਯੋਧਿਆ 'ਚ ਮੰਦਿਰ ਬਣਨ ਦੀ ਖੁਸ਼ੀ ਦੇ ਵਿੱਚ
ਔਰ ਦੇਖੋ ਬੱਚਿਆਂ ਨੂੰ ਫ੍ਰੀ ਫੁੱਲੇ ਪੂਰੇ ਆਪਣੇ ਰੇੜੇ ਦੇ ਉੱਪਰ ਭਗਵਾਨ ਸ਼੍ਰੀ ਰਾਮ ਜੀ ਦਾ ਚਰਿੱਤਰ ਲਗਾ ਕੇ ਦੇਖੋ ਜੀ ਕਿੰਨੀ ਖੁਸ਼ੀ ਮਨਾ ਰਿਹਾ ਔਰ ਬਹੁਤ ਹੀ ਉਤਸ਼ਾਹ ਵਾਲੀ ਗੱਲ ਹੈ ਕਿ ਇੱਕ ਪ੍ਰਵਾਸੀ ਭਰਾ ਸਾਡਾ ਭਗਵਾਨ ਰਾਮ ਜੀ ਦੇ ਜਨਮ ਸਥਾਨ ਦੇ ਉੱਪਰ ਮੰਦਿਰ ਦੀ ਇੰਨੀ ਖੁਸ਼ੀ ਮਨਾ ਰਿਹਾ ਔਰ ਮੈਨੂੰ ਲੱਗਦਾ ਕਿ ਸਾਨੂੰ ਸਾਰਿਆਂ ਨੂੰ ਵੀ ਇਸ ਚੀਜ਼ ਦੀ ਖੁਸ਼ੀ ਮਨਾਉਣੀ ਚਾਹੀਦੀ ਹੈ। ਦੇਖੋ ਜੀ ਸਾਰੀ ਦਿਹਾੜੀ ਦੇ ਵਿੱਚ 400-500 ਰੁਪਈਆ ਦਿਹਾੜੀ ਪਾਉਣ ਵਾਲਾ ਵਿਅਕਤੀ ਨੂੰ ਦੇਖੋ ਕਿੰਨੀ ਖੁਸ਼ੀ ਹੈ ਔਰ ਕਿੰਨਾ ਚਾਅ ਹੈ ਕਿ ਦੇਖੋ ਉਹਨੇ ਆਪਣੀ ਸਾਰੀ ਦਿਹਾੜੀ ਦੀ ਮਿਹਨਤ ਵੀ ਛੱਡ ਦਿੱਤੀ ਔਰ ਬੱਚਿਆਂ ਨੂੰ ਕਹਿੰਦੇ ਬੱਚਿਆਂ ਦੇ ਵਿੱਚ ਪਰਮਾਤਮਾ ਹੁੰਦਾ, ਬੱਚਿਆਂ ਦੇ ਵਿੱਚ ਭਗਵਾਨ ਹੁੰਦਾ ਔਰ ਬੱਚਿਆਂ ਨੂੰ ਆਪਣੇ ਭਗਵਾਨ ਨੂੰ ਖੁਸ਼ ਕਰਨ ਦੇ ਲਈ ਉਹ ਸਾਰੇ ਦਿਨ ਆਪਣੇ ਪੌਪਕਾਰਨ ਬੱਚਿਆਂ ਨੂੰ ਫ੍ਰੀ ਵੰਡਦਾ ਰਿਹਾ ਔਰ ਇੱਕੋ ਹੀ ਗੱਲ ਕਹਿੰਦਾ ਰਿਹਾ ਕਿ ਬੱਚਿਆਂ ਨੂੰ ਜਿਹਨੂੰ ਪੌਪਕਾਰਨ ਦਿੰਦਾ ਉਹਨੂੰ ਕਹਿੰਦਾ ਜੈ ਸ਼੍ਰੀ ਰਾਮ ਬੋਲੋ ਪੌਪਕਾਰਨ ਲੈ ਜਾਓ। ਸਲਾਮ ਹੈ ਇੱਥੇ ਮੇਰੇ ਭਰਾ ਦੇ ਉੱਪਰ, ਪ੍ਰਵਾਸੀ ਭਰਾ ਦੇ ਉੱਪਰ ਜਿਹਨੇ ਇੰਨਾ ਵਧੀਆ ਉਪਰਾਲਾ ਕੀਤਾ। ਜੈ ਸ਼੍ਰੀ ਰਾਮ।